मेरी तरफों सारों नूं सत श्री अकाल, नमस्कार ते गुड मॉर्निंग। ये वीडियो पंजाबी भाषा च है ते इहदा टाइटल हैगा आईटीआई पास लड़के ते लड़कियां कनेडा ते आस्ट्रेलिया विच किवें जा सकदे ने। सानू इह दस्सदिआं नूं बहुत खुशी होएगी कि दोनों ही सरकारां ने, आस्ट्रेलिया की गौरमेंट ने ते कनेडा की सरकार ने, जिहड़े लड़के ते लड़कियां ने आईटीआई कीती हुंदी है उन्हां वास्ते राह पद्धरे कीते ने। ऑफकोर्स इहदे च कानून च यह नहीं लिखिया होंदा कि जे तुसीं आईटीआई कीती है तां तुसीं इन्हां दो देशां जा सकदे जी। ਇਹਦੇ 'ਚ ਇਹ ਲਿਖਿਆ ਹੋਇਆ ਕਿ ਜੇ ਤੁਸੀਂ ਇੱਕ ਸਾਲ ਦਾ ਕੋਈ ਵੀ ਤਕਨੀਕੀ ਕੋਰਸ ਕੀਤਾ ਹੈ ਆਪਦੇ ਪੇਰੈਂਟ ਕੰਟਰੀ ਵਿੱਚ, ਤੁਸੀਂ ਕੈਨੇਡਾ ਆ ਸਕਦੇ ਹੋ। ਅਤੇ ਜਦ ਤੁਸੀਂ ਬਹੁਤ ਸਾਰੇ ਏਜੰਟਸ ਕੋਲ ਜਾਂਦੇ ਜੀ ਤਾਂ ਉਹ ਤੁਹਾਨੂੰ ਸਾਫ ਇਨਕਾਰ ਕਰ ਦਿੰਦੇ ਨੇ। ਦੇਖੋ, ਸਾਡੀ ਬਹੁਤ ਕੋਸ਼ਿਸ਼ ਸੀ ਕਿ ਪੰਜਾਬ ਅਤੇ ਹਰਿਆਣੇ ਦੀਆਂ ਵੱਖ ਵੱਖ ਆਈਟੀਆਈਜ਼ ਵਿੱਚ ਜਾ ਕੇ ਅਸੀਂ ਪ੍ਰਿੰਸੀਪਲ ਸਾਹਿਬਾਨ ਨੂੰ ਮਿਲ ਕੇ ਅਤੇ ਉੱਥੇ ਸੈਮੀਨਾਰ ਲਗਾ ਸਕੀਏ, ਪਰ ਬਹੁਤ ਸਾਰੇ ਪ੍ਰਿੰਸੀਪਲ ਸਾਨੂੰ ਇਹਦੇ 'ਚ ਕੋਆਪਰੇਟ ਨਹੀਂ ਕਰਦੇ ਅਤੇ ਸਾਨੂੰ ਸਾਡੇ ਸਟਾਫ ਨੂੰ ਆਈਟੀਆਈ ਵਿੱਚ ਸੈਮੀਨਾਰ ਜਾਂ ਪੈਂਪਲੇਟ ਵੰਡਣ ਦੀ ਪ੍ਰਵਾਨਗੀ ਨਹੀਂ ਦਿੰਦੇ, ਜਦਕਿ ਉਹਨਾਂ ਦੇ ਆਪਦੇ ਬੱਚੇ ਸਾਰੇ ਹੀ ਕੈਨੇਡਾ ਜਾਂ ਆਸਟ੍ਰੇਲੀਆ ਪਹੁੰਚ ਚੁੱਕੇ ਨੇ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਹਾਨੂੰ ਕੋਈ ਭਾਰਤ ਵਿੱਚ ਪ੍ਰਿੰਸੀਪਲ ਜਾਂ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਕੋਆਪਰੇਟ ਨਹੀਂ ਕਰਦਾ, ਸਾਡਾ ਪਟਿਆਲਾ ਸ਼ਹਿਰ ਦੇ ਵਿੱਚ ਦਫ਼ਤਰ ਹੈ, ਤੁਸੀਂ ਸਾਨੂੰ ਉੱਥੇ ਆ ਕੇ ਮਿਲ ਸਕਦੇ ਜੀ। ਅਸੀਂ ਤੁਹਾਨੂੰ ਫ੍ਰੀ ਵਿੱਚ ਜਾਣਕਾਰੀ ਦਿਆਂਗੇ ਕਿ ਤੁਸੀਂ ਕੈਨੇਡਾ ਅਤੇ ਆਸਟ੍ਰੇਲੀਆ ਕਿਸ ਕਿਸ ਤਰੀਕੇ ਨਾਲ ਜਾ ਸਕਦੇ ਹੋ। ਆਸਟ੍ਰੇਲੀਆ ਦੀ ਥੋੜ੍ਹੀ ਜਿਹੀ ਸਮੱਸਿਆ ਹੈ ਕਿ ਤੁਸੀਂ ਉੱਥੇ ਨੌਕਰੀ ਜ਼ਰੂਰ ਕਰ ਸਕਦੇ ਹੋ, ਪਰ ਪੱਕੇ ਹੋਣ ਲਈ ਉੱਥੇ ਲਗਭਗ 10 ਕੁ ਸਾਲ ਲੱਗ ਜਾਂਦੇ ਨੇ, ਜਦਕਿ ਕੈਨੇਡਾ ਦੇ ਵਿਚਕਾਰ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਉਣ ਵਾਲੀ। ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਇਹਦੇ ਬਾਰੇ ਨਹੀਂ ਦਿੰਦਾ, ਤੁਸੀਂ ਸਾਡੇ ਨਾਲ ਭਾਰਤ ਵਿੱਚ ਸੰਪਰਕ ਕਰ ਸਕਦੇ ਹੋ। ਸਾਡਾ ਇੱਕ ਸਟਾਫ ਮੈਂਬਰ ਪਟਿਆਲੇ ਸ਼ਹਿਰ ਦੇ ਵਿੱਚ 11 ਦਸੰਬਰ 2022 ਤੋਂ ਲੈ ਕੇ 5 ਫਰਵਰੀ 2023 ਤੱਕ ਹੋਵੇਗਾ। ਤੁਸੀਂ ਕਿਸੇ ਵੀ ਟਾਈਮ ਵਰਕਿੰਗ ਆਵਰ ਵਿੱਚ ਸਾਡੇ ਨਾਲ ਆ ਕੇ ਫੇਸ ਟੂ ਫੇਸ ਟਾਕ ਕਰ ਸਕਦੇ ਜੀ। ਜੇ ਤੁਹਾਡੀ ਉਮਰ 21 ਸਾਲ ਤੋਂ ਘੱਟ ਹੈ ਤਾਂ ਤੁਹਾਡੇ ਮਾਂ ਬਾਪ ਦਾ ਨਾਲ ਹੋਣਾ ਜ਼ਰੂਰੀ ਹੈ, ਔਰ ਜੇ ਤੁਸੀਂ ਇਸ ਤੋਂ ਵੱਧ ਉਮਰ ਦੇ ਜੇ ਤਾਂ ਤੁਹਾਡੀ ਜੇ ਵਾਈਫ ਹੈ ਤਾਂ ਉਹਨੂੰ ਨਾਲ ਲੈ ਕੇ ਆਉਣਾ ਜ਼ਰੂਰੀ ਹੈ। ਉਹਦਾ ਕਾਰਨ ਕੀ ਹੁੰਦਾ ਹੈ ਕਿ ਅਸੀਂ ਜਦ ਵੀ ਕੈਨੇਡਾ ਦੀ ਫਾਈਲ ਲਾਉਂਦੇ ਹਾਂ ਅਤੇ ਜੇ ਤੁਸੀਂ ਮੈਰਿਡ ਹੋ ਤਾਂ ਦੋਨਾਂ ਦਾ ਹੀ ਡਾਟਾ ਉਸ ਫਾਰਮ ਵਿੱਚ ਭਰਨਾ ਪੈਂਦਾ। ਬਹੁਤੀ ਵਾਰ ਹਸਬੈਂਡ ਨੂੰ ਵਾਈਫ ਦੀ ਵਿੱਦਿਅਕ ਯੋਗਤਾ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਉਹਨਾਂ ਦੀ ਐਪਲੀਕੇਸ਼ਨ ਰੱਦ ਹੋਣ ਦਾ ਇੱਕ ਕਾਰਨ ਬਣ ਜਾਂਦੀ ਹੈ। ਸੋ ਸਾਡੀ ਸਾਰੇ ਵੱਖ ਵੱਖ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਹੈ ਕਿ ਸਾਨੂੰ, ਦੇਖੋ ਸਾਡੇ ਕੈਨੇਡਾ ਦੇ ਲੋਕਾਂ ਨੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਆਈਟੀਆਈ ਦੇ ਸਟੂਡੈਂਟਸ ਵਾਸਤੇ ਰਸਤਾ ਖੋਲ੍ਹ ਕੇ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਹੈਲਪ ਕਰੋ ਅਤੇ ਇਹ ਜਿਹੜੇ ਸਟੂਡੈਂਟ ਆਈਟੀਆਈ ਵਾਲੇ ਨੇ ਇਹ ਭਵਿੱਖ ਵਿੱਚ ਕੈਨੇਡਾ ਜਾਂ ਆਸਟ੍ਰੇਲੀਆ ਜਾਣ ਦੇ ਯੋਗ ਬਣਾਓ। ਉਹਦੇ ਵਾਸਤੇ ਇੱਕ ਤਾਂ ਤੁਸੀਂ ਇਹਨਾਂ ਨੂੰ ਕਲਾਸਾਂ ਵਿੱਚ ਸਿਲੇਬਸ ਪੜ੍ਹਾਉਣਾ ਬਹੁਤ ਜ਼ਰੂਰੀ ਹੈ, ਫਰਲੋ ਮਾਰਨ ਤੋਂ ਰੋਕੋ, ਕਿਉਂਕਿ ਆਈਟੀਆਈ ਦੇ ਸਟੂਡੈਂਟ ਨੂੰ ਜਦੋਂ ਕੈਨੇਡਾ ਜਾਂ ਆਸਟ੍ਰੇਲੀਆ ਜਾਂਦੇ ਨੇ ਉੱਥੇ ਆ ਕੇ ਉਹਨਾਂ ਨੂੰ ਇਗਜ਼ਾਮ ਦੇਣਾ ਹੁੰਦਾ ਹੈ। ਉਹ ਇਗਜ਼ਾਮ ਤਾਂ ਹੀ ਪਾਸ ਕਰ ਸਕਦੇ ਨੇ ਜੇ ਉਹਨਾਂ ਨੂੰ ਆਈਟੀਆਈ ਦੇ ਵਿਚਕਾਰ ਸਹੀ ਤਰੀਕੇ ਨਾਲ ਪੜ੍ਹਾਇਆ ਜਾਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਸੈਟਰਡੇ ਸੰਡੇ ਪ੍ਰੈਕਟੀਕਲ ਟ੍ਰੇਨਿੰਗ ਵਾਸਤੇ ਉਹਨਾਂ ਨੂੰ ਬਾਹਰ ਪ੍ਰਾਈਵੇਟ ਤੌਰ 'ਤੇ ਕੰਮ ਕਰਨ ਲਈ ਉਹਨਾਂ ਨੂੰ ਸੁਚੇਤ ਕੀਤਾ ਜਾਵੇ, ਕਿਉਂਕਿ ਇਹ ਇਗਜ਼ਾਮ ਦੋਨੋਂ ਤਰ੍ਹਾਂ ਦੇ ਹੁੰਦੇ ਨੇ, ਥਿਊਰੈਟੀਕਲ
ते प्रैक्टिकल ਉਹ ਇਗਜ਼ਾਮ ਤਾਂ ਹੀ ਪਾਸ ਕਰ ਸਕਦੇ ਨੇ ਜੇ ਉਹਨਾਂ ਨੇ ਆਈ ਟੀ ਦੇ ਵਿਚਕਾਰ ਸਹੀ ਤਰੀਕੇ ਨਾਲ ਥਿਊਰੈਟੀਕਲ ਅਤੇ ਬਾਹਰ ਪ੍ਰਾਈਵੇਟ ਤੌਰ 'ਤੇ ਪ੍ਰੈਕਟੀਕਲ ਟ੍ਰੇਨਿੰਗ ਲੈ ਲਈ ਹੋਵੇ ਅਤੇ ਉਹਨਾਂ ਨੂੰ ਕੋਨਫੀਡੈਂਸ ਡਿਵੈਲਪ ਹੋ ਜਾਵੇ। ਔਰ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਸਾਡੇ ਨਾਲ ਕੋਆਪਰੇਟ ਕਰੋਗੇ ਅਤੇ ਇਹਦੇ ਨਾਲ ਇੱਕ ਤਾਂ ਭਾਰਤ ਦੇ ਵਿਚਕਾਰ ਅਨਇੰਪਲੋਇਮੈਂਟ ਦੀ ਪ੍ਰੋਬਲਮ ਖਤਮ ਹੋਊਗੀ, ਦੂਸਰਾ ਕੀ ਹੈ ਕਿ ਆਈ ਟੀ ਆਈ ਦੇ ਦਾਖਲਿਆਂ ਵਿੱਚ ਵਾਧਾ ਹੋਊਗਾ, ਤੀਸਰਾ ਕੀ ਹੈ ਕਿ ਸਾਰੇ ਤੁਹਾਡੀ ਇੱਜ਼ਤ ਮਾਣ ਕਰਨਗੇ। ਤੁਹਾਡੀ ਸਭ ਦੀ ਬੜੀ ਮਿਹਰਬਾਨੀ, ਪਲੀਜ਼ ਕੋਆਪਰੇਟ ਵਿਦ ਅਸ। ਅਤੇ ਤੁਸੀਂ ਇੱਕ ਦੇਖੋ, ਤੁਹਾਡੀ ਇੱਕ ਐਸੋਸੀਏਸ਼ਨ ਹੁੰਦੀ ਹੈ, ਤੁਸੀਂ ਇਹ ਸਾਡਾ ਮੈਸੇਜ ਸਾਰਿਆਂ ਨੂੰ ਸਰਕੂਲੇਟ ਕਰੋ ਅਤੇ ਸਾਡੇ ਨਾਲ ਕੋਆਪਰੇਟ ਕਰੋ, ਅਸੀਂ ਤੁਹਾਡੀ ਡਟ ਕੇ ਹੈਲਪ ਕਰਨ ਨੂੰ ਤਿਆਰ ਹਾਂ। ਥੈਂਕ ਯੂ ਵੈਰੀ ਮੱਚ, ਪਲੀਜ਼ ਸਟੇ ਕਨੈਕਟਡ ਵਿਦ ਅਸ।